ਸਤਿ ਸ਼੍ਰੀ ਅਕਾਲ ਡੀਡੀ ਜਲੰਧਰ ਦੇ ਸਾਡੇ ਸਾਰੇ ਦਰਸ਼ਕਾਂ ਦਾ ਹੈਲੋ ਡਾਕਟਰ ਦੀ ਅੱਜ ਦੀ ਲੜੀ ਵਿੱਚ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਦਰਸ਼ਕੋ, ਸ਼ੁਰੂ ਹੋਣ ਲੱਗਾ ਹੈ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਹੈਲੋ ਡਾਕਟਰ। ਔਰ ਜਿੱਦਾਂ ਤੁਸੀਂ ਜਾਣਦੇ ਹਾਂ, ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ। ਸਾਡੇ ਨੰਬਰ ਤੁਹਾਨੂੰ ਜ਼ਬਾਨੀ ਯਾਦ ਹੋਣਗੇ, ਫਿਰ ਵੀ ਇੱਕ ਵਾਰੀ ਦੱਸਦਾਂ, 0181-281-4261-4164। ਦਰਸ਼ਕੋ, ਹਰ ਹਫ਼ਤੇ ਅਸੀਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ ਸ਼ਹਿਰ ਦੇ ਵੱਖ ਵੱਖ ਡਾਕਟਰਾਂ ਨੂੰ ਔਰ ਆਪਾਂ ਗੱਲਬਾਤ ਕਰਦੇ ਹਾਂ ਅਲੱਗ ਅਲੱਗ ਬਿਮਾਰੀਆਂ ਬਾਰੇ। ਜੀ ਹਾਂ ਦਰਸ਼ਕੋ, ਅੱਜ ਕੱਲ੍ਹ ਜਦੋਂ ਵੀ ਸਵੇਰੇ ਤੁਸੀਂ ਚਾਏ ਦੀ ਚੁਸਕੀ ਨਾਲ ਅਖਬਾਰ ਚੱਕਦੇ ਹੋ ਅਤੇ ਤੁਸੀਂ ਪੜ੍ਹਦੇ ਹੋ, ਹੈੱਡਲਾਈਨਸ ਵਿੱਚ ਲਿਖਿਆ ਹੁੰਦਾ ਹੈ ਸਵਾਈਨ ਫਲੂ ਤੋਂ ਅੱਜ ਇੱਕ ਮੌਤ ਹੋ ਗਈ, ਸਵਾਈਨ ਫਲੂ ਤੋਂ ਅੱਜ ਦੋ ਮੌਤ ਹੋ ਗਈ। ਜਿਹੜਾ ਉੱਤਰ ਭਾਰਤ ਹੈ ਪੂਰਾ, ਉਹਦੇ ਵਿੱਚ ਸਵਾਈਨ ਫਲੂ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ। ਜਿੰਨੇ ਵੀ ਮਰੀਜ਼ ਨੇ, ਜਿੰਨੇ ਵੀ ਆਸ ਪੜੋਸ ਦੇ ਲੋਕ ਨੇ, ਸਭ ਸਵਾਈਨ ਫਲੂ ਬਾਰੇ ਪੂਰੀ ਪੂਰੀ ਜਾਣਕਾਰੀ ਜਾਣਨਾ ਚਾਹੁੰਦੇ ਨੇ। ਉਸੇ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਸਵਾਈਨ ਫਲੂ ਬਾਰੇ। ਇਹ ਕਿੱਦਾਂ ਦੀ ਬਿਮਾਰੀ ਹੈ, ਕਿਸ ਤਰ੍ਹਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਵ ਕਰੀਏ ਜੇਕਰ ਸਵਾਈਨ ਫਲੂ ਹੋ ਜਾਏ, ਤਾਂ ਉਹਦਾ ਕੀ ਟੈਸਟ ਹੋਣਾ ਹੈ, ਕਿੱਦਾਂ ਇਲਾਜ ਕਰਾਉਣਾ ਹੈ, ਕਿੱਥੇ ਪਹੁੰਚਣਾ ਹੈ, ਆਪਾਂ ਕੀ ਕੁਛ ਕਰ ਸਕਦੇ ਹਾਂ। ਜੀ ਹਾਂ ਦਰਸ਼ਕੋ, ਇਹਦੇ ਲਈ ਅੱਜ ਸਪੈਸ਼ਲੀ ਅਸੀਂ ਜਲੰਧਰ ਦੇ ਸਿਵਲ ਸਰਜਨ ਡਾਕਟਰ ਰਜੇਸ਼ ਕੁਮਾਰ ਬੱਗਾ ਜੀ ਨੂੰ ਆਪਣੇ ਸਟੂਡੀਓ ਵਿੱਚ ਬੁਲਾਇਆ ਆ। ਡਾਕਟਰ ਸਾਹਿਬ, ਤੁਹਾਡਾ ਸਾਡੇ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਜੀ। ਅਤੇ ਚਲੋ ਦਰਸ਼ਕੋ, ਆਪਾਂ ਅੱਜ ਦਾ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਸਵਾਈਨ ਫਲੂ ਬਾਰੇ ਡਾਕਟਰ ਸਾਹਿਬ ਸਾਨੂੰ ਕੀ ਜਾਣਕਾਰੀ ਦਿੰਦੇ ਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗੀ, ਫਲੂਜ਼ ਤਾਂ ਅਸੀਂ ਬਹੁਤ ਸਾਰੇ ਸੁਣੇ ਕਿ ਫਲੂ ਹੋ ਗਿਆ, ਕਫ ਹੋ ਗਿਆ, ਕੋਲਡ ਹੋ ਗਿਆ, ਠੰਡ ਲੱਗ ਗਈ, ਮੌਸਮ ਬਦਲ ਰਿਹਾ ਹੈ। ਡਾਕਟਰ ਸਾਹਿਬ, ਸਵਾਈਨ ਫਲੂ ਕੀ ਚੀਜ਼ ਹੁੰਦੀ ਹੈ ਅਤੇ ਇਹਨੂੰ ਸਵਾਈਨ ਫਲੂ ਕਿਉਂ ਕਿਹਾ ਜਾਂਦਾ ਹੈ? ਸਵਾਈਨ ਫਲੂ ਬਾਕੀ ਜ਼ੁਕਾਮ ਖਾਂਸੀ ਦੀ ਤਰ੍ਹਾਂ ਹੀ ਇੱਕ ਬਿਮਾਰੀ ਹੈ, ਵਾਇਰਲ ਡਿਜ਼ੀਜ਼ ਹੈ, ਕਿਉਂਕਿ ਇਹ ਸ਼ੁਰੂ ਸ਼ੁਰੂ ਦੇ ਵਿੱਚ ਇਹਦਾ ਰੈਜ਼ਰਵਾਇਰ ਆਫ ਇਨਫੈਕਸ਼ਨ ਸੋਰਸ ਯਾਨੀ ਕਿ ਇਨਫੈਕਸ਼ਨ ਦਾ ਪਿਗ ਸੀਗੇ, ਇਸ ਕਰਕੇ ਇਹਨੂੰ ਸਵਾਈਨ ਫਲੂ ਕਿਹਾ ਜਾਂਦਾ। ਪਰ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਇਹ ਜਿਹੜੀ ਬਿਮਾਰੀ ਹੈ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਸਾਹ ਦੇ ਰਾਹੀਂ, ਜਿਹਨੂੰ ਆਪਾਂ ਡਰੋਪਲੈਟ ਇਨਫੈਕਸ਼ਨ ਕਹਿੰਦੇ ਹਾਂ, ਉਸ ਰਾਹੀਂ ਫੈਲਦੀ ਹੈ। ਸਰ, ਇਹ ਜਿਹੜਾ ਸਵਾਈਨ ਫਲੂ ਹੈ, ਤੁਸੀਂ ਜਿਸ ਤਰ੍ਹਾਂ ਉਹਨੇ ਹੀ ਦੱਸਿਆ ਕਿ ਇੱਕ ਵਾਇਰਲ ਇਨਫੈਕਸ਼ਨ ਹੈ, ਅਤੇ ਡਾਕਟਰ ਸਾਹਿਬ, ਕਿਸ ਤਰੀਕੇ ਦਾ ਵਾਇਰਸ ਹੈਗਾ? ਇਹ ਇੱਕ RNA ਵਾਇਰਸ, ਇਨਫਲੂਐਂਜਾ ਵਾਇਰਸ ਹੈ, ਇਹਨੂੰ H1N1 ਵਾਇਰਸ ਕਿਹਾ ਜਾਂਦਾ ਜੀ। ਅਤੇ ਇਹ ਜਿਹੜਾ ਵਾਇਰਸ ਹੈ ਇਹ ਸਰਦੀਆਂ ਦੇ ਮੌਸਮ 'ਚ ਬਹੁਤ ਐਕਟਿਵ ਹੁੰਦਾ। ਸੋ ਪੀਕ ਆਫ ਵਿੰਟਰ ਸੀਜ਼ਨ, ਜਿਸ ਤਰ੍ਹਾਂ ਹੁਣ ਸਾਡਾ ਸਰਦੀਆਂ ਦਾ ਮੌਸਮ ਪੀਕ 'ਤੇ ਸੀਗਾ, ਅਤੇ ਇਹਦੇ ਨੰਬਰ ਆਫ ਕੇਸਿਸ ਸਵਾਈਨ ਫਲੂ ਦੇ ਕਾਫੀ ਵਧੇ ਨੇ। ਪਰ ਜੇ ਅਸੀਂ ਅਦਰਵਾਈਜ਼ ਦੇਖੀਏ, ਇਹ ਇੱਕਾ ਦੁੱਕਾ ਕੇਸ ਦੂਜੇ ਮੌਸਮਾਂ ਦੇ ਵਿੱਚ ਵੀ ਸਵਾਈਨ ਫਲੂ ਦੇ ਦੇਖੇ ਜਾ ਸਕਦੇ ਜੀ। ਜਿੱਦਾਂ ਆਪਾਂ ਜਾਣਦੇ, ਮੈਂ ਪਹਿਲੇ ਵੀ ਤੁਹਾਨੂੰ ਦੱਸਿਆ, ਜਿੱਦਾਂ ਸਾਡੀ ਸਕਰੀਨ 'ਤੇ ਵੀ ਫਲੈਸ਼ ਕੀਤਾ ਗਿਆ ਸੀਗਾ ਕਿ ਸਵਾਈਨ ਫਲੂ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਕੋਈ ਨਵੀਂ ਨਹੀਂ ਰਹਿ ਗਈ। ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਸਰਦੀਆਂ ਵਿੱਚ ਅਸੀਂ ਦੇਖਦੇ ਹਾਂ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਵਿੱਚ ਬਹੁਤ ਸਾਰੇ ਕੇਸਿਸ ਸਵਾਈਨ ਫਲੂ ਦੇ ਆ ਰਹੇ ਨੇ। ਡਾਕਟਰ ਸਾਹਿਬ, ਸ਼ੁਰੂਆਤੀ ਕੀ ਲੱਛਣ ਹੁੰਦੇ ਨੇ ਜੀ, ਅਤੇ ਕਿੰਨੇ ਪ੍ਰਕਾਰ ਦਾ ਇਹ ਸਵਾਈਨ ਫਲੂ ਹੋ ਸਕਦਾ ਹੈ? ਸਵਾਈਨ ਫਲੂ ਦੀ ਬਿਮਾਰੀ ਜੇ ਦੇਖੀਏ ਤਾਂ ਇਹਨਾਂ ਦੀ ਸਿਵਰਿਟੀ ਦੇ ਹਿਸਾਬ ਦੇ ਨਾਲ ਜੀ ਆਪਾਂ ਨੂੰ 3 ਕੈਟੇਗਰੀ ਇਹਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਜੀ, ਕੈਟੇਗਰੀ A, B ਅਤੇ C ਜੀ। ਕੈਟੇਗਰੀ A ਆਮ ਜ਼ੁਕਾਮ ਵਰਗੀ, ਹਲਕਾ ਜਿਹਾ ਜ਼ੁਕਾਮ, ਛਿੱਕਾਂ ਆਉਣੀਆਂ, ਹਲਕਾ ਜਿਹਾ ਬੁਖਾਰ ਹੋਣਾ, ਖਾਂਸੀ ਹੋਣੀ, ਇਹ ਲੱਛਣ ਇਹ ਟਾਈਪ ਆਫ ਸਵਾਈਨ ਫਲੂ ਦੇ ਨੇ ਜੀ। ਅਤੇ ਇਹਨਾਂ ਮਰੀਜ਼ਾਂ ਨੂੰ ਅਸੀਂ ਘਰ ਹੀ ਰੱਖਣਾ ਹੁੰਦਾ, ਇਹਨਾਂ ਦਾ ਕੋਈ ਸਪੈਸ਼ਲ ਇਲਾਜ ਦੀ ਲੋੜ ਨਹੀਂ ਹੁੰਦੀ। ਇਹਨਾਂ ਨੂੰ ਪੈਰਾਸੀਟਾਮੋਲ ਦੀ ਗੋਲੀ ਦੇਣੀ ਹੈ, ਸਟੀਮ ਦੇਣੀ ਹੈ, ਗਰਾਰੇ ਕਰਵਾਉਣੇ ਨੇ, ਜਾਂ ਆਪਾਂ ਬੀ ਕੰਪਲੈਕਸ ਵਗੈਰਾ ਦੇ ਸਕਦੇ ਹਾਂ। ਅਤੇ ਇਹਨਾਂ ਮਰੀਜ਼ਾਂ ਨੂੰ ਅਨਨੈਸੈਸਰੀ ਐਂਟੀਬਾਇਓਟਿਕ ਦੀ ਲੋੜ ਨਹੀਂ ਹੁੰਦੀ ਜੀ। ਅਤੇ ਅਗਲਾ ਜਿਹੜਾ ਕੈਟੇਗਰੀ B ਮੈਂ ਦੱਸਣਾ ਚਾਹੂੰਗਾ ਜੀ, ਕੈਟੇਗਰੀ B ਦੇ ਮਰੀਜ਼ ਜਿਹੜੇ ਨੇ ਉਹਨਾਂ ਵਿੱਚ ਕੈਟੇਗਰੀ A ਵਾਲੇ ਜਿਹੜੇ ਸਿਮਟਮ ਨੇ, ਜਿੱਦਾਂ ਜ਼ੁਕਾਮ, ਖਾਂਸੀ, ਛਿੱਕਾਂ, ਇਹ ਤੇਜ਼ ਹੋ ਜਾਂਦੀਆਂ, ਸੋਰ ਥਰੋਟ ਸਵੀਅਰ ਹੋ ਜਾਂਦਾ, ਫੀਵਰ 103-104 ਡਿਗਰੀ ਤੱਕ ਚੱਲ ਸਕਦਾ। ਅਤੇ ਇਹੋ ਜਿਹੇ ਮਰੀਜ਼ਾਂ ਦੇ ਵਿੱਚ ਅਸੀਂ ਇੱਕ ਹੋਰ ਕੈਟੇਗਰੀ ਤੁਹਾਨੂੰ ਮੈਂ ਦੱਸਣਾ ਚਾਹੂੰਗਾ, ਜਿਹੜੇ ਇਮਿਊਨੋ ਕੰਪਰੋਮਾਈਜ਼ਡ ਮਰੀਜ਼ ਨੇ ਉਹਨੂੰ ਆਪਾਂ ਕੈਟੇਗਰੀ B2 ਕਹਿੰਦੇ ਹਾਂ। ਉਹਦੇ ਵਿੱਚ ਐਕਸਟ੍ਰੀਮ ਆਫ ਏਜ, ਜਿੱਦਾਂ ਬੱਚੇ, ਬਹੁਤ ਛੋਟੇ ਬੱਚੇ ਹੋ ਗਏ, ਬਜ਼ੁਰਗ ਹੋ ਗਏ, ਪ੍ਰੈਗਨੈਂਟ ਲੇਡੀਜ਼ ਹੋ ਗਈਆਂ, ਡਾਇਬਿਟਿਕ ਪੇਸ਼ੈਂਟ ਹੋ ਗਏ, ਜਾਂ ਕੁਛ ਮਰੀਜ਼ ਅਜਿਹੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੀਆਂ ਔਰਗਨ ਦੀਆਂ ਬਿਮਾਰੀਆਂ, ਜਿੱਦਾਂ ਕਿਡਨੀ ਡਿਜ਼ੀਜ਼ ਹੈ, ਲਿਵਰ ਡਿਜ਼ੀਜ਼ ਹੈ, ਅਤੇ ਉਹ ਵੀ ਇਹਦੇ ਮਰੀਜ਼ 'ਚ ਵਿੱਚ ਨਾਲ ਸ਼ਾਮਿਲ ਹੁੰਦੇ ਨੇ। ਅਤੇ ਜਿਹੜੇ ਮਰੀਜ਼ ਜਿਨ੍ਹਾਂ ਨੂੰ ਸਟੀਰੋਇਡ ਚੱਲਦੇ ਹੋਣ ਜਾਂ ਇਮਿਊਨੋਸਪ੍ਰੈਸੈਂਟ ਚੱਲਦੇ ਹੋਣ, ਉਹ ਮਰੀਜ਼ ਕੈਟੇਗਰੀ B2 ਵਿੱਚ ਆਉਂਦੇ ਨੇ। ਅਤੇ ਮੈਂ ਦੱਸਣਾ ਚਾਹੂੰਗਾ
ਇਹ ਮਰੀਜ਼ ਜਿਹੜੇ ਨੇ ਇਹਨਾਂ ਨੂੰ ਆਪਾਂ ਟੈਮੀਫਲੂ ਨਾਂ ਦੀ ਜਿਹੜੀ ਦਵਾਈ ਹੈ ਜਿਹੜੀ ਕਿ ਇਸ ਵਾਇਰਸ ਵਾਸਤੇ ਬੜੀ ਇਫੈਕਟਿਵ ਹੈ ਉਹ ਅਸੀਂ ਸ਼ੁਰੂ ਕਰ ਦਿੰਦੇ ਹਾਂ ਔਰ ਇਹਨਾਂ ਮਰੀਜ਼ਾਂ ਨੂੰ ਵੀ ਅਸੀਂ ਹਦਾਇਤ ਕਰਦੇ ਹਾਂ ਵੀ ਆਪਣੀ ਆਪਣੀ ਜਗ੍ਹਾ 'ਤੇ ਰਹਿਣ ਘਰ ਰਹਿਣ ਜੇ ਕੋਈ ਸਕੂਲੀ ਜਾਂ ਕਾਲਜ ਦੇ ਬੱਚੇ ਨੇ ਉਹ ਆਪਣੇ ਘਰ ਰਹਿਣ ਉਹਨਾਂ ਨੂੰ ਆਪਾਂ ਵੱਖ ਕਮਰੇ ਵਿੱਚ ਰੱਖੀਏ ਜੇ ਕਿਸੇ ਗਰੀਬ ਪਰਿਵਾਰ ਦੇ ਵਿੱਚ ਵੱਖ ਕਮਰਾ ਨਹੀਂ ਹੈ ਤਾਂ ਆਪਾਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਵੀ ਉਹ ਆਪਣਾ ਨੱਕ ਮੂੰਹ ਢੱਕ ਕੇ ਰੱਖਣ ਤਾਂ ਜੋ ਇਹ ਜਿਹੜੀ ਇਨਫੈਕਸ਼ਨ ਹੈ ਡਰੋਪਲੈਟ ਇਨਫੈਕਸ਼ਨ ਹੈ ਸਾਹ ਨਾਲ ਪਰਿਵਾਰ ਦੇ ਦੂਜੇ ਜੀਆਂ ਨੂੰ ਨਾ ਹੋ ਸਕੇ ਜੀ ਸਰ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਕੈਟੇਗਰੀ ਏ ਅਤੇ ਬੀ ਅਤੇ ਨਾਲ ਬੀ ਵਿੱਚ ਵੀ ਦੋ ਕੈਟੇਗਰੀ B1 ਅਤੇ B2 ਹੁੰਦੀਆਂ ਨੇ ਕਿਉਂਕਿ ਡਾਕਟਰ ਸਾਹਿਬ ਜਿਹੜਾ ਨਾਂ ਹੈਗਾ ਨਾ ਜੀ ਸਵਾਈਨ ਫਲੂ ਦਾ ਲੋਕ ਬਹੁਤ ਘਬਰਾਏ ਪਏ ਆ ਮਾੜਾ ਜਿਹਾ ਕਫ ਕੋਲਡ ਬੁਖਾਰ ਹੈਡੇਕ ਸ਼ੁਰੂ ਹੁੰਦਾ ਨਹੀਂ ਕਿ ਪੇਸ਼ੈਂਟ ਇੰਨਾ ਜ਼ਿਆਦਾ ਘਬਰਾ ਰਿਹਾ ਹੈ ਕਿ ਡਾਕਟਰ ਸਾਹਿਬ ਇਹਨੂੰ ਦਾਖਲ ਤਾਂ ਨਹੀਂ ਕਰਨਾ ਇਹਦੇ ਟੈਸਟ ਤਾਂ ਨਹੀਂ ਕਰਾਉਣੇ ਸਿਵਲ ਚਲੇ ਜਾਈਏ ਕਿਸ ਤਰ੍ਹਾਂ ਕਰੀਏ ਡਾਕਟਰ ਸਾਹਿਬ ਕੈਟੇਗਰੀ ਏ ਅਤੇ ਬੀ ਜਿੱਦਾਂ ਤੁਸੀਂ ਦੱਸੀ ਕਿ ਇਹਨਾਂ ਨੂੰ ਆਪਾਂ ਘਰੇ ਹੀ ਟ੍ਰੀਟ ਕਰ ਸਕਦੇ ਹਾਂ ਡਾਕਟਰ ਸਾਹਿਬ ਉਹ ਕਿਹੜੀ ਕੈਟੇਗਰੀ ਹੈ ਜਿਹਦੇ ਵਿੱਚ ਸਿਵਲ ਹਸਪਤਾਲ ਵਿੱਚ ਜਾਂ ਕਿਤੇ ਵੀ ਹਸਪਤਾਲ ਵਿੱਚ ਦਾਖਲ ਕਰਾਉਣਾ ਪੈਂਦਾ ਇਸ ਤੋਂ ਉੱਪਰ ਵੀ ਕੋਈ ਕੈਟੇਗਰੀ ਹੈਗੀ ਹਾਂਜੀ ਹਾਂਜੀ ਜੀ ਇੱਕ ਸੀ ਕੈਟੇਗਰੀ ਹੈ ਜਿਹੜੀ ਕਿ ਸਵਾਈਨ ਫਲੂ ਦੀ ਬਹੁਤ ਹੀ ਗੰਭੀਰ ਇੱਕ ਕੈਟੇਗਰੀ ਹੈ ਇਹਦੇ ਵਿੱਚ ਕੈਟੇਗਰੀ ਬੀ ਦੇ ਸਾਰੇ ਸਾਈਨ ਸਿਮਟਮ ਹੁੰਦੇ ਆ ਇਹਦੇ ਨਾਲ ਨਾਲ ਇਹਨਾਂ ਮਰੀਜ਼ਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਇਹਨਾਂ ਨੂੰ ਡਰੋਜ਼ੀ ਹੋ ਜਾਂਦੇ ਆ ਸੁਸਤ ਹੋ ਜਾਏਗਾ ਮਰੀਜ਼ ਇਹਨਾਂ ਨੂੰ ਬਲਗਮ ਦੇ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਜਾਂ ਕਈ ਵਾਰ ਹੱਥ ਪੈਰ ਨੀਲੇ ਨਹੁੰ ਨੀਲੇ ਹੋ ਜਾਣੇ ਲਿਪਸ ਨੀਲੇ ਹੋ ਜਾਣੇ ਜਾਂ ਜੀਭ ਦਾ ਨੀਲਾਪਣ ਹੋ ਜਾਣਾ ਕਿਉਂਕਿ ਇਹਨਾਂ ਦੇ ਵਿੱਚ ਆਕਸੀਜਨ ਸੈਚੂਰੇਸ਼ਨ ਜਿਹੜੀ ਹੈ ਉਹ ਘੱਟ ਜਾਂਦੀ ਹੈ ਜਿਹਦੇ ਨਾਲ ਇਹ ਮਰੀਜ਼ ਬਹੁਤ ਗੰਭੀਰ ਅਵਸਥਾ ਦੇ ਵਿੱਚ ਆ ਜਾਂਦੇ ਆ ਅਤੇ ਇਹਨਾਂ ਮਰੀਜ਼ਾਂ ਨੂੰ ਲਗਭਗ ਦਾਖਲ ਹੀ ਕਰਨਾ ਪੈਂਦਾ ਸਰ ਕੀ ਕਹੋਗੇ ਅਸੀਂ ਮੈਂ ਕਿ ਦੱਸਣਾ ਚਾਹੂੰਗਾ ਡਾਕਟਰ ਸਾਹਿਬ ਜੀ ਵੀ ਇਹ ਜਿਹੜੇ ਮਰੀਜ਼ ਕੈਟੇਗਰੀ ਸੀ ਦੇ ਨੇ ਇਹਨਾਂ ਦੇ ਵਿੱਚ ਅਸੀਂ ਟੈਸਟ ਜ਼ਰੂਰ ਕਰਦੇ ਹਾਂ ਕੈਟੇਗਰੀ ਏ ਅਤੇ ਬੀ ਦੇ ਵਿੱਚ ਆਪਾਂ ਟੈਸਟ ਨਹੀਂ ਕਰਦੇ ਬਹੁਤ ਸਾਰੇ ਲੋਕ ਹਸਪਤਾਲਾਂ ਦੇ ਵਿੱਚ ਜਾਂ ਡਾਕਟਰਾਂ ਨੂੰ ਵਾਰ ਵਾਰ ਇਨਸਿਸਟ ਕਰਦੇ ਆ ਵੀ ਸਾਡੇ ਟੈਸਟ ਕੀਤਾ ਜਾਵੇ ਮੈਂ ਇੱਥੇ ਕਲੀਅਰਲੀ ਦੱਸਣਾ ਚਾਹੁੰਦਾ ਵੀ ਕੈਟੇਗਰੀ ਸੀ ਦੇ ਮਰੀਜ਼ਾਂ ਦਾ ਹੀ ਟੈਸਟ ਕੀਤਾ ਜਾਂਦਾ ਔਰ ਕੈਟੇਗਰੀ ਸੀ ਦੇ ਟੈਸਟ ਕਰਨ ਤੋਂ ਪਹਿਲਾਂ ਅਸੀਂ ਉਸ ਮਰੀਜ਼ ਦਾ ਐਕਸਰੇ ਲੈਂਦੇ ਹਾਂ ਜੇ ਉਹ ਐਕਸਰੇ ਸੁਜੈਸਟਿਵ ਹੈ ਅਤੇ ਕੈਟੇਗਰੀ ਸੀ ਦੇ ਵਿੱਚ ਉਹ ਪੇਸ਼ੈਂਟ ਫਿੱਟ ਹੁੰਦਾ ਅਤੇ ਉਹਦਾ ਅਸੀਂ ਨੇਜ਼ੋਫਰਿੰਜਲ ਸਵੈਬ ਲੈ ਕੇ ਲੈਬੋਰਟਰੀ ਵਿੱਚ ਭੇਜਦੇ ਹਾਂ ਅਤੇ ਸਾਡਾ ਇਹ ਲੈਬੋਰਟਰੀ ਦਾ ਸੈਂਟਰ PGI ਚੰਡੀਗੜ੍ਹ ਹੈ ਜਿਹੜਾ ਕਿ ਸਾਡੇ ਕੋਲ ਬਹੁਤ ਅੱਛੀ ਲੈਬ ਹੈ ਉੱਥੇ ਵਾਇਰੋਲੋਜੀ ਲੈਬ ਹੈ ਜੀ ਉੱਥੇ ਅਸੀਂ ਸੈਂਪਲ ਭੇਜਦੇ ਜੀ ਅਤੇ ਜਿਸ ਤਰ੍ਹਾਂ ਦਰਸ਼ਕੋਂ ਸਾਡੇ ਡਾਕਟਰ ਸਾਹਿਬ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਿਆ ਕਿ ਇਸ ਬਿਮਾਰੀ ਤੋਂ ਸਿਰਫ ਥੋੜ੍ਹੀ ਜਿਹੀ ਪ੍ਰੀਕੋਸ਼ਨਸ ਲੈ ਕੇ ਆਪਾਂ ਬਚਾਵ ਕਰ ਸਕਦੇ ਹਾਂ ਘਬਰਾਉਣ ਦੀ ਲੋੜ ਨਹੀਂ ਹੈ ਥੋੜ੍ਹੇ ਜਿਹੇ ਵੀ ਸ਼ੁਰੂਆਤੀ ਫਲੂ ਦੇ ਸਿਮਟਮ ਦਿਖਦੇ ਆ ਆਪਣੇ ਡਾਕਟਰ ਕੋਲ ਜਾਓ ਜ਼ਰੂਰੀ ਨਹੀਂ ਹੈ ਉਹ ਸਵਾਈਨ ਫਲੂ ਹੀ ਹੋਵੇ ਲੇਕਿਨ ਇਹ ਵੀ ਹੋ ਸਕਦਾ ਕਿ ਇਹ ਨਾ ਉਹਨੂੰ ਹਲਕੇ ਵਿੱਚ ਨਾ ਲਓ ਹੋ ਸਕਦਾ ਉਹ ਸਵਾਈਨ ਫਲੂ ਹੋਵੇ ਅਤੇ ਵੱਧਦੀ ਵੱਧਦੀ ਆਪਾਂ ਕੈਟੇਗਰੀ ਬੀ ਜਾਂ ਸੀ ਤੱਕ ਪਹੁੰਚ ਜਾਈਏ ਇਸ ਕਰਕੇ ਆਪਣੇ ਨੀਅਰ ਬਾਏ ਡਾਕਟਰ ਕੋਲ ਜ਼ਰੂਰ ਜਾਓ ਜੇ ਕਿਸੇ ਟੈਸਟ ਦੀ ਜਾਂ ਦਵਾਈ ਦੀ ਲੋੜ ਹੈ ਤਾਂ ਜ਼ਰੂਰ ਲਓ ਜ਼ਿਆਦਾ ਤੋਂ ਜ਼ਿਆਦਾ ਰੈਸਟ ਕਰੋ ਔਰ ਹੋ ਸਕੇ ਤਾਂ ਉਸ ਪਰਸਨ ਨੂੰ ਆਈਸੋਲੇਸ਼ਨ ਵਿੱਚ ਰੱਖੋ ਅਲੱਗ ਰੱਖਣ ਦੀ ਕੋਸ਼ਿਸ਼ ਕਰੋ ਡਾਕਟਰ ਸਾਹਿਬ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕੈਟੇਗਰੀ ਸੀ ਦਾ ਤੁਸੀਂ ਟੈਸਟ ਲੈਂਦੇ ਹਾਂ ਡਾਕਟਰ ਸਾਹਿਬ ਮੈਂ ਟੈਸਟ ਦੀ ਥੋੜ੍ਹੀ ਜਿਹੀ ਡਿਟੇਲ ਪੁੱਛਣਾ ਚਾਹੁੰਦੀ ਹਾਂ ਕਿ ਟੈਸਟ ਕਿੱਥੋਂ ਲਿੱਤਾ ਜਾਂਦਾ ਹੈ ਕਿਸ ਤਰ੍ਹਾਂ ਦਾ ਟੈਸਟ ਹੈ ਔਰ ਇਹਦੀ ਰਿਪੋਰਟ ਕਿੰਨੀ ਦੇਰ 'ਚ ਆ ਜਾਂਦੀ ਹੈ ਜੀ ਹਾਂਜੀ ਇਹ ਜਿਹੜਾ ਟੈਸਟ ਹੈ ਕੈਟੇਗਰੀ ਸੀ ਮਰੀਜ਼ ਦਾ ਇਹ ਅਸੀਂ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਅਸੀਂ ਲੈਂਦੇ ਹਾਂ ਜੀ ਇਹਦੇ ਵਿੱਚ ਸਾਨੂੰ ਸਪੈਸ਼ਲ ਇੱਕ PPE ਕਿੱਟ ਹੁੰਦੀ ਹੈ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਕਿੱਟ ਉਹ ਅਸੀਂ ਵੀਅਰ ਕਰਕੇ ਅੱਖਾਂ ਨੂੰ ਵੀ ਗੋਗਲਸ ਲਗਾ ਕੇ ਇੱਕ ਗਲਵਸ ਪਾ ਕੇ ਪ੍ਰੋਪਰਲੀ ਆਪਾਂ ਨੇਜ਼ੋਫੇਰਿੰਗਸ ਦੇ ਵਿੱਚ ਸੈਂਪਲ ਲੈ ਕੇ ਇੱਕ ਵਾਇਲ ਹੁੰਦੀ ਹੈ VTM ਵਾਇਲ ਜੀ ਵਾਇਰਲ ਟਰਾਂਸਪੋਰਟ ਮੀਡੀਅਮ ਹੁੰਦਾ ਉਹਦੇ ਵਿੱਚ ਪਾ ਕੇ ਅਸੀਂ ਪ੍ਰੋਪਰ ਟੈਂਪਰੇਚਰ ਦੇ ਵਿੱਚ ਅਸੀਂ ਇਹ PGI ਚੰਡੀਗੜ੍ਹ ਭੇਜ ਦਿੰਦੇ ਹਾਂ ਤੇ ਮੈਂ ਇੱਥੇ ਦੱਸਣਾ ਚਾਹੂੰਗਾ ਸਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਸਰ ਇੱਕ ਦਿਨ ਵਿੱਚ ਰਿਪੋਰਟ ਆ ਜਾਂਦੀ ਸਰ ਆਪਣੇ ਨਾਲ ਇੱਕ ਦਰਸ਼ਕ ਜੁੜੇ ਨੇ ਜੀ ਹੈਲੋ ਹਾਂ ਨਮਸਕਾਰ ਜੀ ਮੈਂ ਮਾਨਯੋਗ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਗਾ ਜੀ ਹੈਲੋ ਹਾਂ ਜੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਫੋਨ ਡਿਸਕਨੈਕਟ ਹੋ ਚੁੱਕਾ ਹੈ ਆਪਾਂ ਆਪਣੀ ਗੱਲਬਾਤ ਡਾਕਟਰ ਸਾਹਿਬ ਹੈਲੋ ਹਾਂ ਜੀ ਹਾਂ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੀ ਇਹ ਜਿਹੜਾ ਸਵਾਈਨ ਫਲੂ ਹੈ ਜੀ ਕਿਹੜੇ ਜਾਨਵਰ ਤੋਂ ਹੁੰਦਾ ਤੇ ਸਵਾਈਨ ਫਲੂ ਵਾਲੇ ਦਿਨਾਂ ਦੇ ਵਿੱਚ ਨੌਨ ਵੈਜ ਵਗੈਰਾ ਤੋਂ ਪਰਹੇਜ਼ ਰੱਖਣਾ ਚਾਹੀਦਾ ਜੀ ਡਾਕਟਰ ਸਾਹਿਬ ਬਹੁਤ ਹੀ ਅੱਛਾ ਸਵਾਲ ਹੈ ਮੈਂ ਵੀ ਪੁੱਛਣਾ ਚਾਹੁੰਦੀ ਸੀ ਹਾਂਜੀ ਹਾਂਜੀ ਜੀ ਇਹ ਬਹੁਤ ਇੱਕ ਵੱਡਾ ਵਹਿਮ ਹੈ ਵੀ ਇਹ ਕਿਸੇ ਜਾਨਵਰ ਤੋਂ ਫੈਲਦਾ ਸੋ ਇਹ ਚਿਕਨ ਵਗੈਰਾ ਖਾਣ ਤੋਂ ਜਾਂ ਮੀਟ ਖਾਣ ਤੋਂ ਬਿਲਕੁਲ ਨਹੀਂ ਫੈਲਦਾ ਇਹ ਮੈਂ ਦੱਸਣਾ ਚਾਹੂੰਗਾ ਵੀ ਸ਼ੁਰੂ ਦੇ ਵਿੱਚ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਵੀ ਹੈ ਵੀ ਇਹ ਜਿਹੜੀ ਬਿਮਾਰੀ ਹੈ ਸ਼ੁਰੂ ਦੇ ਵਿੱਚ ਪਿਗਸ ਤੋਂ ਇਨਸਾਨ ਨੂੰ ਟ੍ਰਾਂਸਫਰ ਹੋਈ ਹੈ ਪਰ ਅੱਜ ਦੀ ਡੇਟ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ
ਇਹ ਇੱਕ ਆਦਮੀ ਤੋਂ ਦੂਜੇ ਆਦਮੀ ਨੂੰ ਸਾਹ ਰਾਹੀਂ ਫੈਲਦੀ ਹੈ ਡਾਕਟਰ ਸਾਹਿਬ, ਕਿਉਂਕਿ ਅਕਸਰ ਮਰੀਜ਼ ਅੱਜ ਕੱਲ੍ਹ ਓਪੀਡੀ ਵਿੱਚ ਜਿਹੜੇ ਆ ਰਹੇ ਨੇ ਉਹ ਇਹੀ ਕਹਿੰਦੇ ਨੇ ਕਿ ਮੈਡਮ ਅਸੀਂ ਅੰਡੇ ਖਾ ਸਕਦੇ ਹਾਂ ਜੀ, ਚਿਕਨ ਬੱਚੇ ਮੰਗਦੇ ਦੇ ਸਕਦੇ ਹਾਂ ਜੀ, ਅਸੀਂ ਰੋਕਿਆ ਹੋਇਆ ਕਿ ਸਵਾਈਨ ਫਲੂ ਫੈਲਿਆ ਹੋਇਆ। ਅਤੇ ਦਰਸ਼ਕੋ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਜਿੱਦਾਂ ਸਾਡੀ ਸਕਰੀਨ 'ਤੇ ਵੀ ਦਿਖਾ ਰਹੇ ਆ ਵਾਰ ਵਾਰ ਕਿ ਇਹ ਡਰੋਪਲੇਟ ਇਨਫੈਕਸ਼ਨ ਹੈ ਜਿਹੜੇ ਸਾਡੇ ਸਾਹ ਤੋਂ ਸਾਡੀ ਖਾਂਸੀ ਤੋਂ ਫੈਲਦਾ ਆ। ਇਸ ਕਰਕੇ ਦੇਖੋ ਜਿਸ ਤਰ੍ਹਾਂ ਡਾਕਟਰਸ ਨੇ, ਨਰਸ ਨੇ ਔਰ ਪੇਸ਼ੈਂਟ ਨੇ ਵੀ ਮਾਸਕ ਪਾਇਆ ਹੋਇਆ ਤਾਂ ਕਿ ਆਪਾਂ ਇੱਕ ਤੋਂ ਦੂਜੇ ਬੰਦੇ ਨੂੰ ਇਹ ਟ੍ਰਾਂਸਫਰ ਨਾ ਕਰੀਏ। ਤਾਂ ਇਹ ਬਹੁਤ ਹੀ ਕਾਰਗਰ ਤਰੀਕਾ ਹੈਗਾ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸਵਾਈਨ ਫਲੂ ਤੋਂ ਬਚਾਉਣ ਦਾ। ਇਹਦਾ ਚਿਕਨ, ਮਟਨ ਜਾਂ ਅੰਡਿਆਂ ਤੋਂ ਕੋਈ ਰਿਲੇਸ਼ਨਸ਼ਿਪ ਨਹੀਂ ਹੈਗੀ ਹੈ। ਬਸ ਇਹ ਦੇਖੋ ਕਿੰਨੇ ਅੱਛੇ ਤਰੀਕੇ ਨਾਲ ਇਹਨਾਂ ਨੇ ਮਾਸਕ ਪਾਇਆ ਹੋਇਆ ਹੈ ਅਤੇ ਸਾਰੇ ਡਾਕਟਰਸ ਵੀ ਆਪਣੀ ਵਰਕਿੰਗ ਕਰ ਰਹੇ ਆ। ਉਹਨਾਂ ਨੇ ਕਈ ਮਰੀਜ਼ ਦਿਨ ਵਿੱਚ ਦੇਖਣੇ ਹੁੰਦੇ ਹੈ ਅਤੇ ਇੱਕ ਮਾਸਕ ਪਾ ਕੇ, ਜੇ ਸਪੋਜ਼ ਤੁਹਾਡੇ ਕੋਲ ਘਰੇ ਮਾਸਕ ਨਹੀਂ ਹੈਗਾ ਅਤੇ ਤੁਸੀਂ ਜਿਹੜਾ ਵੱਡਾ ਰੁਮਾਲ ਹੈ ਉਹਨੂੰ ਦੋਰਾ ਕਰਕੇ ਅਤੇ ਆਪਣੇ ਨੱਕ ਔਰ ਮੂੰਹ ਨੂੰ ਢੱਕ ਸਕਦੇ ਆ, ਆਪਣੇ ਦੁਪੱਟੇ ਨਾਲ ਤੁਸੀਂ ਉਹਨੂੰ ਦੋਰਾ ਕਰਕੇ ਨੱਕ ਮੂੰਹ ਨੂੰ ਢੱਕ ਸਕਦੇ ਤਾਂ ਕਿ ਜਦੋਂ ਤੁਸੀਂ ਛਿੱਕਦੇ ਹਾਂ, ਤੁਸੀਂ ਖੰਘਦੇ ਹਾਂ ਅਤੇ ਉਹ ਜਿਹੜੇ ਡਰੋਪਲੇਟਸ ਨੇ ਆਪਣੇ ਪਰਿਵਾਰ ਦੇ ਬਾਕੀ ਸਦੱਸਿਆਂ ਨੂੰ ਨਾ ਪਹੁੰਚਣ। ਅਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਦਾ ਟੈਸਟ ਜਿਹੜਾ PGI ਚੰਡੀਗੜ੍ਹ ਜਾਂਦਾ ਔਰ ਇੱਕ ਦਿਨ ਵਿੱਚ ਹੀ ਰਿਪੋਰਟ ਇਹਦੀ ਜਿਹੜੀ ਹੈਗੀ ਆ ਆ ਜਾਂਦੀ ਹੈ। ਸਰ, ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਇਹ ਸਵਾਈਨ ਫਲੂ ਦੀ ਬਿਮਾਰੀ ਕਿਸੇ ਸਪੈਸ਼ਲ ਕਿਸੇ ਉਮਰ ਦੇ ਮਰੀਜ਼ ਨੂੰ ਹੁੰਦੀ ਹੈ ਕਿ ਇਹ ਬੱਚਿਆਂ ਵਿੱਚ ਵੀ ਕਾਫੀ ਦੇਖੀ ਜਾ ਰਹੀ ਹੈ? ਅਤੇ ਕੀ ਕਰਨ ਮਾਵਾਂ ਨੂੰ ਅੱਜ ਇਸ ਸਟੇਜ 'ਤੇ, ਤੁਸੀਂ ਇੱਕ ਮਾਂ ਨੂੰ ਕੀ ਪ੍ਰੀਕੋਸ਼ਨਸ ਲੈਣ ਲਈ ਕਹੋਗੇ ਕਿ ਆਪਣੇ ਬੱਚੇ ਨੂੰ, ਬੱਚੇ ਨੇ ਸਕੂਲ ਵੀ ਜਾਣਾ ਸਰ, ਉਹਨੇ ਆਟੋ ਵਿੱਚ ਵੀ ਜਾਣਾ, ਬੱਸ ਵਿੱਚ ਵੀ ਸਕੂਲ ਜਾਣਾ, ਕਿੰਨੇ ਹੀ ਬੱਚੇ ਖੰਘ ਰਹੇ ਹੁੰਦੇ, ਮੌਸਮ ਇੱਦਾਂ ਦਾ ਹੈਗਾ, ਅਤੇ ਕੀ ਬਚਾਅ ਆਪਣੇ ਬੱਚੇ ਨੂੰ ਇੱਕ ਮਾਂ ਸਮਝਾਵੇ ਕਿ ਉਹ ਸਵਾਈਨ ਫਲੂ ਦੇ ਕੰਟੈਕਟ ਵਿੱਚ ਨਾ ਆਵੇ? ਮੈਂ ਇਹ ਸਾਰੇ ਮਾਪਿਆਂ ਨੂੰ ਅਪੀਲ ਕਰਦਾ ਜੀ ਵੀ ਜੇ ਕਿਸੇ ਬੱਚੇ ਨੂੰ ਜਾਂ ਘਰ ਦੇ ਜੀ ਨੂੰ ਸਵਾਈਨ ਫਲੂ ਦੀ ਬਿਮਾਰੀ ਹੈ ਤਾਂ ਉਹ ਆਪਣਾ ਨੱਕ ਮੂੰਹ ਢੱਕ ਕੇ ਰੱਖਣ। ਅਤੇ ਅਜਿਹੇ ਬੱਚੇ ਜੋ ਸਕੂਲ ਨੂੰ ਜਾਂਦੇ ਨੇ ਉਹਨਾਂ ਦੇ ਮਾਂ ਪਿਓ ਨੂੰ ਮੈਂ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਕਫ, ਕੋਲਡ, ਖਾਂਸੀ ਹੈ ਤਾਂ ਉਹ 5 ਤੋਂ 7 ਦਿਨ ਉਹਨੂੰ ਸਕੂਲ ਨਾ ਭੇਜਣ। ਅਤੇ ਜੇ ਬੱਚੇ 3-wheeler 'ਚ, ਬੱਸ ਵਿੱਚ ਇਕੱਠੇ ਸਕੂਲ ਨੂੰ ਜਾ ਰਹੇ ਨੇ ਅਤੇ ਕਿਸੇ ਬੱਚੇ ਨੂੰ ਇਹ ਬਿਮਾਰੀ ਹੈ ਤਾਂ ਉਹਦਾ ਜਿਹੜਾ 2 ਜਾਂ 3 ਫੁੱਟ ਦਾ ਡਿਸਟੈਂਸ ਬਣਾ ਕੇ ਰੱਖਣ ਅਤੇ ਆਪਣੇ ਨੱਕ ਮੂੰਹ ਅੱਗੇ ਰੁਮਾਲ ਰੱਖਣ। ਅਤੇ ਜਿਹੜੇ ਬੱਚੇ ਨੂੰ ਇਹ ਖਾਂਸੀ ਜ਼ੁਕਾਮ ਹੈ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਨੱਕ ਮੂੰਹ ਅੱਗੇ ਜਦੋਂ ਛਿੱਕ ਆਵੇ ਜਾਂ ਖਾਂਸੀ ਆਵੇ ਨੱਕ ਮੂੰਹ ਨੂੰ ਰੁਮਾਲ ਨਾਲ ਜਾਂ ਹੱਥਾਂ ਨਾਲ ਢੱਕ ਲੈਣ। ਮੈਂ ਨਾਲ ਨਾਲ ਇਹ ਵੀ ਦੱਸਣਾ ਚਾਹੁੰਦਾ ਜਦੋਂ ਇਹ ਬਿਮਾਰੀ ਹੁੰਦੀ ਹੈ ਅਤੇ ਆਪਾਂ ਇੱਕ ਦੂਜੇ ਨਾਲ ਹੈਂਡਸ਼ੇਕ ਕਰਦੇ ਹਾਂ, ਇਹ ਡਰੋਪਲੈਟ ਇਨਫੈਕਸ਼ਨ ਇੱਕ ਦੂਜੇ ਨਾਲ ਹੱਥ ਮਿਲਾਉਣ ਨਾਲ, ਜੱਫੀ ਪਾਉਣ ਨਾਲ ਜਾਂ ਬਿਲਕੁਲ ਨਜ਼ਦੀਕ ਜਾਣ ਨਾਲ, ਜਾਂ ਕਈ ਵਾਰੀ ਅਸੀਂ ਬੱਚਿਆਂ ਨੂੰ ਪਿਆਰ ਨਾਲ ਕਿਸ ਕਰਦੇ ਹਾਂ, ਉਹਦੇ ਨਾਲ ਵੀ ਇੱਕ ਦੂਜੇ ਤੋਂ ਟ੍ਰਾਂਸਫਰ ਹੋ ਜਾਂਦੀ ਹੈ। ਸੋ ਅਜਿਹੀਆਂ ਜਿਹੜੀਆਂ ਆਦਤਾਂ ਨੇ ਸਾਡੀਆਂ, ਇਹ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਜੇ ਕਿਸੇ ਮਰੀਜ਼ ਨੂੰ ਖਾਂਸੀ ਜ਼ੁਕਾਮ ਹੋਇਆ ਉਹ ਤੋਂ 2 ਜਾਂ 3 ਫੁੱਟ ਦਾ ਡਿਸਟੈਂਸ ਬਣਾ ਕੇ ਰੱਖੋ, ਉਹਨਾਂ ਨਾਲ ਹੈਂਡਸ਼ੇਕ ਨਾ ਕਰੋ। ਜੇ ਹੈਂਡਸ਼ੇਕ ਕਰ ਵੀ ਲਿਆ ਤਾਂ ਉਹਦੇ ਹੈਂਡਸ਼ੇਕ ਕਰਨ ਤੋਂ ਬਾਅਦ ਚੰਗੇ ਤਰੀਕੇ ਦੇ ਨਾਲ ਆਪਣੇ ਹੱਥ ਧੋਲੋ। ਸਰ, ਤੁਸੀਂ ਕਿਹਾ ਚੰਗੇ ਤਰੀਕੇ ਨਾਲ ਹੱਥ ਧੋਲੋ। ਹਾਂਜੀ, ਮੈਂ ਪੜ੍ਹਿਆ, ਮੈਂ ਦੇਖਿਆ ਕਿ ਹੈਂਡ ਵਾਸ਼ ਦੀ ਵੀ ਇੱਕ ਟੈਕਨੀਕ ਹੁੰਦੀ ਹੈ। ਹਾਂਜੀ ਹਾਂਜੀ, ਤੇ ਜੇਕਰ ਕਿ ਸਵਾਈਨ ਫਲੂ 'ਚ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਜੀ, ਸਰ ਉਹ ਕੀ ਚੀਜ਼ ਹੈ, ਕਿਸ ਤਰ੍ਹਾਂ ਹੈਂਡ ਵਾਸ਼ ਕਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਸਿਖਾਏ, ਆਪ ਵੀ ਕਰੇ ਅਤੇ ਸਾਰੇ ਪਰਿਵਾਰ ਅਤੇ ਸਾਰੇ ਮਰੀਜ਼ ਅਤੇ ਸਾਰੇ ਲੋਕ ਕਰਨ? ਸਭ ਥੋੜ੍ਹੀ ਜਿਹੀ ਟੈਕਨੀਕ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦੀ ਹਾਂ। ਮੈਂ ਇਹ ਦੱਸਣਾ ਚਾਹੂੰਗਾ ਵੀ ਹੈਂਡ ਵਾਸ਼ ਕਰਨ ਲਈ ਸਾਡੇ ਕੋਲ ਲਿਕੁਇਡ ਸੋਪ ਹੋਵੇ ਤਾਂ ਬਹੁਤ ਅੱਛੀ ਗੱਲ ਹੈ ਜੀ, ਜੇ ਨਹੀਂ ਤਾਂ ਦੂਜਾ ਸੋਪ ਲੈ ਕੇ ਪਾਣੀ ਦਾ ਸੋਰਸ ਹੋਣਾ ਚਾਹੀਦਾ ਜੀ। ਹੱਥ 'ਚ ਸਾਬਣ ਲੈ ਕੇ ਚੰਗੀ ਤਰ੍ਹਾਂ ਲਗਾ ਕੇ ਜੀ, ਦੇਖੋ ਇਹ 5-7 ਮੂਵਮੈਂਟ ਕਰ ਰਹੀ ਹਾਂ, ਬੈਕ ਤੋਂ ਦੋਨੇ ਪਾਸੇ, ਇਸ ਤੋਂ ਬਾਅਦ ਨਕਲਸ ਜੀ, ਦੋਨੇ ਪਾਸੇ ਨਕਲਸ 5-7 ਮੂਵਮੈਂਟ ਕਰਨੀ ਆ ਆਪਾਂ। ਇਸ ਤੋਂ ਬਾਅਦ ਆਹ ਮੂਵਮੈਂਟ ਆ ਸਾਡੀ ਨੇਲਸ ਵਾਲੀ ਦੋਨੇ ਪਾਸੇ, ਇਸ ਤੋਂ ਬਾਅਦ ਥੰਬ ਦੀ ਮੂਵਮੈਂਟ ਨੇ 5-7 ਟਾਈਮਸ, ਐਂ ਲਾਸਟ ਰੈਸਟ ਦੀ ਮੂਵਮੈਂਟ ਹੈ ਇੱਥੋਂ। ਫਿਰ ਚੰਗੀ ਤਰ੍ਹਾਂ ਅਸੀਂ ਪਾਣੀ ਦੇ ਨਾਲ ਆਪਣੇ ਹੱਥ ਧੋ ਲੈਣੇ ਨੇ। ਇਹ ਜੇ ਆਪਾਂ 2-3 ਮਿੰਟ ਆਪਾਂ ਲਗਾਉਣੇ ਨੇ ਪ੍ਰੋਪਰ ਹੈਂਡ ਵਾਸ਼ ਕਰਨ ਲੱਗੇ ਜੀ। ਡਾਕਟਰ ਸਾਹਿਬ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇੱਕ ਪ੍ਰੋਪਰ ਹੈਂਡ ਵਾਸ਼ ਕਰਨ ਦੀ ਟੈਕਨੀਕ ਸਾਨੂੰ ਜਿਹੜੀ ਅੱਜ ਸਿਖਾਈ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀ ਕਿ ਅਸੀਂ ਸਾਰਿਆਂ ਨੂੰ ਫੋਲੋ ਕਰਨੀ ਚਾਹੀਦੀ ਹੈ, ਖਾਸ ਕਰਕੇ ਬੱਚਿਆਂ ਨੂੰ, ਕਿਉਂਕਿ ਬੱਚੇ ਇੱਧਰ ਉੱਧਰ ਕਾਫੀ ਹੱਥ ਲਗਾਉਂਦੇ ਰਹਿੰਦੇ ਨੇ। ਮੈਂ ਹੁਣੇ ਹੀ ਡਾਕਟਰ ਸਾਹਿਬ ਇਸ ਤੋਂ ਰਿਲੇਟਡ ਤੌਰ 'ਤੇ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ ਡਾਕਟਰ ਸਾਹਿਬ। ਇਹ ਮੈਂ ਕਿਤੇ ਪੜ੍ਹਿਆ ਕਿ ਸਵਾਈਨ ਫਲੂ ਦਾ ਜਿਹੜਾ ਵਾਇਰਸ ਹੈ ਜੀ, ਉਹ ਕਿਸੇ ਜਗ੍ਹਾ 'ਤੇ ਕਿੰਨੀ ਕੁ ਦੇਰ ਰਹਿ ਸਕਦਾ ਹੈ? ਡਾਕਟਰ ਸਾਹਿਬ, ਬੱਚਿਆਂ ਨੇ ਇੱਧਰ ਉੱਧਰ ਹੱਥ ਟੱਚ ਕਰਨੇ ਹੈ, ਡਾਕਟਰ ਸਾਹਿਬ ਇਸ ਬਾਰੇ ਤੁਸੀਂ ਕੀ ਦੱਸੋਗੇ? ਤੁਸੀਂ ਇਹ ਬਹੁਤ ਹੀ ਅੱਛਾ ਸਵਾਲ ਪੁੱਛਿਆ ਜੀ। ਇਹ ਜਿਹੜਾ ਸਵਾਈਨ ਫਲੂ ਦਾ ਵਾਇਰਸ ਹੈ ਇਹ ਹਾਰਡ ਸਰਫੇਸ 'ਤੇ, ਜਿਵੇਂ ਕਿ ਅਸੀਂ ਦਰਵਾਜ਼ਿਆਂ ਦੇ ਹੈਂਡਲ ਹੋ ਗਏ ਉਹਨੂੰ ਆਪਾਂ ਟੱਚ ਕਰਦੇ ਹਾਂ, ਅੱਜ ਕੱਲ੍ਹ ਲੋਕ ਸ਼ੋਪਿੰਗ ਮਾਲ 'ਚ ਜਾਂਦੇ ਆ ਉਹਨਾਂ ਦੇ ਐਸਕਲੇਟਰ ਨੇ ਜਿਹੜੇ ਉਹਨਾਂ ਦੇ ਸਾਈਡ 'ਤੇ
ਜਿਹੜਾ ਸਾਡਾ ਹਾਰਟ ਸਰਫੇਸ ਹੈ ਉੱਤੇ ਆਪਾਂ ਹੱਥ ਲਗਾਉਂਦੇ ਹਾਂ। ਸੋ ਇਹਨਾਂ ਹਾਰਟ ਸਰਫੇਸ ਦੇ ਟੇਬਲ 'ਤੇ ਚੇਅਰ 'ਤੇ ਇਹ ਵਾਇਰਸ 24 ਤੋਂ 48 ਘੰਟੇ ਤੱਕ ਜਿਉਂਦਾ ਰਹਿ ਸਕਦਾ। ਪਰ ਨਾਲ ਮੈਂ ਇਹ ਦੱਸਣਾ ਵੀ ਚਾਹੁੰਦਾ ਵੀ ਜੇ ਇਹ ਵਾਇਰਸ ਸਰੀਰ ਦੇ ਸਾਡੇ ਬੋਡੀ ਪਾਰਟ 'ਤੇ ਕਿਤੇ ਹੈਗਾ ਤਾਂ ਉਹ ਜਿਹੜਾ ਵਾਇਰਸ ਹੈ ਉਹ 15 ਜਾਂ 20 ਮਿੰਟ ਤੋਂ ਜ਼ਿਆਦਾ ਜਿਉਂਦਾ ਨਹੀਂ ਰਹਿ ਸਕਦਾ ਜੀ। ਸਰ ਜਿਹੜੇ ਆਪਾਂ ਅੱਜ ਕੱਲ੍ਹ ਮਾਰਕੀਟ 'ਚ ਸਟਰਲਾਈਜ਼ਰ ਆ ਗਏ, ਆਪਾਂ ਅਕਸਰ ਹੋਸਪਿਟਲ ਵਿੱਚ ਡਾਕਟਰਸ ਦੇ ਕੈਬਿਨ ਵਿੱਚ ਵੀ ਦੇਖਦੇ ਹਾਂ, ਮਰੀਜ਼ ਵੀ ਅੱਜ ਕੱਲ੍ਹ ਬੜੇ ਅਵੇਅਰ ਹੋ ਗਏ, ਉਹ ਵੀ ਸਟਰਲਾਈਜ਼ਰ ਖਰੀਦ ਕੇ ਰੱਖਦੇ, ਉਹਦਾ ਹੈਂਡ ਵਾਸ਼ ਦੇ ਵਿੱਚ ਰੋਲ ਹੈ? ਮਤਲਬ ਉਸ ਤੋਂ ਯੂਜ਼ ਕਰਕੇ ਹੈਂਡ ਵਾਸ਼ ਸੈਨੀਟਾਈਜ਼ਰ ਦੀ ਸੈਨੀਟਾਈਜ਼ਰ, ਹਾਂਜੀ, ਉਹ ਬਚਾਅ ਹੋ ਸਕਦਾ ਜੀ ਸਵਾਈਨ ਫਲੂ? ਬਿਲਕੁਲ ਜੀ ਬਿਲਕੁਲ, ਮੈਂ ਤਾਂ ਖਾਸ ਕਰਕੇ ਡਾਕਟਰ ਸਾਹਿਬਾਨ ਜਿੰਨੇ ਸਾਡੇ ਨੇ ਉਹਨਾਂ ਨੂੰ ਸਾਰਿਆਂ ਨੂੰ ਹਦਾਇਤ ਕੀਤੀ ਹੈ ਆਪਣੇ ਆਪਣੇ ਐਗਜ਼ਾਮੀਨੇਸ਼ਨ ਚੈਂਬਰ ਦੇ ਵਿੱਚ ਟੇਬਲ 'ਤੇ ਹੈਂਡ ਸੈਨੀਟਾਈਜ਼ਰ ਰੱਖਣ, ਹਰ ਮਰੀਜ਼ ਦੇਖਣ ਤੋਂ ਬਾਅਦ ਅੱਛੇ ਤਰੀਕੇ ਦੇ ਨਾਲ ਆਪਣੇ ਹੈਂਡ ਸੈਨੀਟਾਈਜ਼ ਕਰਨ। ਇੱਥੋਂ ਤੱਕ ਵੀ ਜਿਹੜੇ ਮੋਬਾਈਲ ਨੇ ਸਾਡੇ, ਮੋਬਾਈਲ 'ਤੇ ਅਸੀਂ ਵਾਰ ਵਾਰ ਟੱਚ ਕਰਦੇ ਹਾਂ, ਮੋਬਾਈਲ ਨੂੰ ਵੀ ਸਾਨੂੰ ਤਰੀਕੇ ਨਾਲ ਸਾਫ਼ ਕਰ ਲੈਣੇ ਚਾਹੀਦੇ ਨੇ। ਪਹਿਲਾਂ ਹੈਂਡ ਕਲੀਨ ਕਰੋ, ਹੈਂਡ ਕਲੀਨ ਤੋਂ ਬਾਅਦ ਹੈਂਡ ਸੈਨੀਟਾਈਜ਼ਰ ਦੇ ਨਾਲ ਸਾਫ਼ ਕਰਕੇ ਫਿਰ ਹੀ ਮੋਬਾਈਲ ਨੂੰ ਹੱਥ ਲਗਾਉਣਾ ਚਾਹੀਦਾ ਜੀ। ਅਤੇ ਬਹੁਤ ਛੋਟੀ ਛੋਟੀ ਲੇਕਿਨ ਬਹੁਤ ਹੀ ਜ਼ਰੂਰੀ ਚੀਜ਼ਾਂ ਨੇ ਜਿਹਦੇ ਤਾਂ ਥੋੜ੍ਹਾ ਜਿਹਾ ਧਿਆਨ ਰੱਖ ਕੇ ਅਸੀਂ ਆਪਣੇ ਆਪ ਨੂੰ ਸਵਾਈਨ ਫਲੂ ਤੋਂ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਡਾਕਟਰਾਂ ਲਈ ਜਿਸ ਤਰ੍ਹਾਂ ਤੁਸੀਂ ਕਿਹਾ ਹੈਂਡ ਵਾਸ਼ ਕਰਨ ਦੀ ਹਿਦਾਇਤ ਦਿੱਤੀ ਹੈ, ਸਾਰਿਆਂ ਲਈ ਦਿੱਤੀ ਹੈ, ਡਾਕਟਰ ਸਾਹਿਬ ਇੱਕ ਮਰੀਜ਼, ਇੱਕ ਸਾਡੇ ਨਾਲ ਦਰਸ਼ਕ ਹੋਰ ਜੁੜੇ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹਾਂ? ਮੈਡਮ ਜੀ, ਮੈਂ ਗੁਰਵਿੰਦਰ ਸਿੰਘ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਜਿੱਦਾਂ ਹੁਣ ਸਵਾਈਨ ਫਲੂ ਦਾ ਕਿਸੇ ਦੀ ਡੈਥ ਹੋ ਜਾਂਦੀ ਹੈ ਮੈਡਮ ਜੀ, ਤੇ ਉਹ ਮੈਡਮ ਇਦਾਂ ਉਹਦਾ ਕਿਸੇ ਜਾਣੀ ਕਿ ਫੇਸ ਨਹੀਂ ਦੇਖ ਸਕਦਾ ਪਰਿਵਾਰ ਦਾ ਬੰਦਾ, ਉਹਦੇ ਲਈ ਦੱਸੋ, ਜਿੱਦਾਂ ਹੁਣ ਡਾਕਟਰਾਂ ਦੀ ਟੀਮ ਹੀ ਦਫਨਾਉਣ ਆਉਂਦੀ ਹੈ ਜਾਂ ਉਹਦਾ ਸੰਸਕਾਰ ਕਰਨ ਆਉਂਦੀ ਹੈ, ਇਹਦੇ ਬਾਰੇ ਕੁਝ ਡਾਕਟਰ ਸਾਹਿਬ ਨੂੰ ਜੀ 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 ਡਾਕਟਰ ਗੁਰਵਿੰਦਰ ਸਿੰਘ ਜੀ ਪੁੱਛਣਾ ਚਾਹੁੰਦੇ ਆ ਕਿ ਇਹਦੇ ਵਿੱਚ ਕੀ ਪ੍ਰੀਕਾਸ਼ਨ? ਬਹੁਤ ਅੱਛਾ ਸਵਾਲ ਕੀਤਾ ਜੀ ਜੀ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜਿਹਦੀ ਤੇ ਡੈਥ ਹਸਪੀਟਲ ਦੇ ਵਿੱਚ ਹੁੰਦੀ ਹੈ ਉਹ ਅਸੀਂ ਡੈਡ ਬੋਡੀ ਪ੍ਰੋਪਰਲੀ ਰੈਪ ਕਰਕੇ ਭੇਜਦੇ ਹਾਂ। ਸੋ ਅਜਿਹੇ ਮਰੀਜ਼ਾਂ ਨੂੰ ਸੰਸਕਾਰ ਸਿੱਧਾ ਹੀ ਕਰ ਦੇਣਾ ਚਾਹੀਦਾ, ਸਾਡੇ ਵਿੱਚ ਇੱਕ ਕਸਟਮ ਹੈ, ਐਨ ਟਾਈਮ 'ਤੇ ਅਸੀਂ ਸ਼ੱਕਰ ਘਿਓ ਮਿਲਾ ਕੇ ਆਪਣੇ ਜਿਹੜਾ ਡਿਸੀਡ ਬੰਦਾ ਉਹਦੇ ਮੂੰਹ 'ਚ ਪਾਉਂਦੇ ਹਾਂ, ਇੱਥੋਂ ਤੱਕ ਲਾਸਟ ਦਰਸ਼ਨ ਕਰਨ ਦੇ ਲਈ ਫੇਸ ਤੋਂ ਕੱਪੜਾ ਉਠਾਉਂਦੇ ਹਾਂ। ਕਈ ਲੋਕ ਇਮੋਸ਼ਨਲ ਹੋ ਕੇ ਉਸ ਡੈੱਡ ਬੋਡੀ ਨੂੰ ਹੱਥ ਲਗਾਉਂਦੇ ਆ, ਅਤੇ ਉਹ ਇਹ ਜਿਹੜੀਆਂ ਪ੍ਰੈਕਟਿਸ ਸਾਨੂੰ ਅਵਾਇਡ ਕਰਨੀਆਂ ਚਾਹੀਦੀਆਂ ਨੇ। ਮਰੀਜ਼ ਦਾ ਫੇਸ ਦੇਖਣਾ ਜੇ ਤਰੀਕੇ ਨਾਲ ਕੱਪੜਾ ਫੇਸ ਤੋਂ ਹਟਾ ਕੇ ਦੇਖ ਸਕਦੇ ਹੋ, ਦੂਰੋਂ ਦੇਖ ਸਕਦੇ ਹੋ, ਪਰ ਉਹ ਬੋਡੀ ਨੂੰ ਟੱਚ ਨਹੀਂ ਕਰਨਾ ਚਾਹੀਦਾ। ਕੋਈ ਇੰਨੀ ਵੀ ਘਬਰਾਉਣ ਵਾਲੀ ਗੱਲ ਨਹੀਂ, ਕਿਉਂਕਿ ਉਹ ਜਿਹੜਾ ਡਿਸੀਡ ਬੰਦਾ ਮਰਿਆ ਬੰਦਾ ਉਹ ਸਾਹ ਤਾਂ ਲੈਂਦਾ ਨਹੀਂ, ਉਹ ਸਾਹ ਨਾਲ ਉਹਦੇ ਨੇੜੇ ਤੇੜੇ ਜਾਣ ਨਾਲ ਇਹ ਬਿਮਾਰੀ ਨਹੀਂ ਫੈਲਦੀ ਜੀ। ਅਤੇ ਬਹੁਤ ਹੀ ਅੱਛੇ ਤਰੀਕੇ ਨਾਲ ਡਾਕਟਰ ਸਾਹਿਬ ਨੇ ਇਹ ਗੱਲ ਦੱਸੀ, ਕਿਉਂਕਿ ਇਹ ਡਰ ਜਿਹੜਾ ਹੈਗਾ ਡਾਕਟਰ ਸਾਹਿਬ, ਕਾਫੀ ਮਰੀਜ਼ਾਂ ਵਿੱਚ ਦੇਖਿਆ ਗਿਆ, ਕਾਫੀ ਕੁਐਰੀਜ਼ ਸੀਗੀ ਇਸ ਬਾਰੇ ਕਿ ਇਸ ਕੇਸ ਵਿੱਚ ਕੀ ਕੀਤਾ ਜਾਏ, ਅਤੇ ਤੁਸੀਂ ਇਹ ਬਹੁਤ ਹੀ ਅੱਛਾ ਜਵਾਬ ਦਿੱਤਾ ਕਿ ਇਹਨੂੰ ਬਹੁਤ ਹੀ ਪ੍ਰੀਕੋਸ਼ਨ ਨਾਲ ਇਸ ਤਰ੍ਹਾਂ ਕੀਤਾ ਜਾ ਸਕਦਾ ਆ। ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਜੀ ਵੀ ਜਿਹੜੇ ਮਰੀਜ਼ ਜਿਹੜੇ ਡਾਇਗਨੋਜ਼ ਨੇ ਸਵਾਈਨ ਫਲੂ ਤੋਂ ਕੈਟੇਗਰੀ ਸੀ, ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ, ਜਾਂ ਜਿਹੜੇ ਕੈਟੇਗਰੀ ਸੀ ਦੇ ਪੋਜ਼ਿਟਿਵ ਕੇਸ ਨੇ ਉਹਨਾਂ ਦਾ ਸਰਵਾਈਵਲ ਵੀ ਹੁੰਦਾ, ਅਤੇ ਜੇ ਇਹਨਾਂ ਦੇ ਕੋਈ ਸਕੇ ਸੰਬੰਧੀ ਰਿਸ਼ਤੇਦਾਰ ਜਿਹੜੇ ਇਹਨਾਂ ਦੇ ਕਲੋਜ਼ ਕੋਂਟੈਕਟਸ ਦੇ ਵਿੱਚ ਨੇ, ਉਹਨਾਂ ਨੂੰ ਆਪਣੀ ਹੈਲਥ ਵਰਕਰ ਭੇਜ ਕੇ ਅਸੀਂ ਇਹਨਾਂ ਨੂੰ ਦਵਾਈ ਦਿੰਦੇ ਹਾਂ ਇਹਨਾਂ ਦੀ ਰੋਕਥਾਮ ਕਰਕੇ, ਕਿਉਂਕਿ ਉਸ ਮਰੀਜ਼ ਨੂੰ ਇਹ ਬਿਮਾਰੀ ਨਾ ਹੋ ਜਾਵੇ ਜੀ। ਸਰ ਘਰ ਦਾ ਵੀ ਮਰੀਜ਼ ਜ਼ਰੂਰ ਇਹਨਾਂ ਦੇ ਕੋਂਟੈਕਟਸ ਨੂੰ ਮੈਡੀਸਨ ਜ਼ਰੂਰ ਖਾਣੀ ਚਾਹੀਦੀ ਜੀ। ਅਤੇ ਸਰ ਘਰ ਦਾ ਵੀ ਕੁਛ ਪਿਊਰੀਫਾਈਫਿਕੇਸ਼ਨ ਕੀਤਾ ਜਾਣਾ ਹੋ ਚਾਹੀਦਾ, ਜਿੱਥੇ ਪੇਸ਼ੈਂਟ ਰਿਹਾ ਇੰਨੇ ਦਿਨ, ਬਾਅਦ ਵਿੱਚ ਹੀ ਹੋਸਪਿਟਲ ਸ਼ਿਫਟ ਹੋਇਆ, ਉਹਦੇ ਵਿੱਚ ਹੀ ਘਰ ਦੇ ਅਗਲੇ ਪਰਿਵਾਰ ਵਾਲਿਆਂ ਨੇ ਵੀ ਰਹਿਣਾ, ਉੱਥੇ ਕੋਈ ਸਪਰੇਅ ਵਗੈਰਾ ਕਰਵਾਇਆ ਜਾਂਦਾ ਹੈ ਸਰਕਾਰ ਵੱਲੋਂ? ਕੋਈ ਉਪਰਾਲਾ ਹੈ ਸਪਰੇਅ ਕਰਾਉਣ ਦੀ? ਕ੍ਰੋਸ ਵੈਂਟੀਲੇਸ਼ਨ ਇਜ਼ ਸਫੀਸ਼ੀਐਂਟ ਜੀ, ਜੇ ਸਾਡੀਆਂ ਆਪਾਂ ਦਰਵਾਜ਼ੇ ਖਿੜਕੀਆਂ ਖੋਲ੍ਹ ਦਈਏ ਤਾਂ ਹਵਾ ਆ ਜੇ, ਕ੍ਰੋਸ ਵੈਂਟੀਲੇਸ਼ਨ ਉਸ ਘਰ ਦੇ ਵਿੱਚ ਹੈਗਾ ਤਾਂ ਅਜਿਹੇ ਕੋਈ ਹੋਰ ਪ੍ਰੀਕੋਸ਼ਨ ਲੈਣ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ, ਸਪੈਸ਼ਲ ਕੋਈ ਪ੍ਰੀਕੋਸ਼ਨ ਦੀ ਲੋੜ ਨਹੀਂ। ਸਰ ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਖਾਣ ਪੀਣ ਦਾ, ਕਿਉਂਕਿ ਸਾਡੀ ਹਰ ਬਿਮਾਰੀ ਨਾਲ ਬਹੁਤ ਰੋਲ ਹੁੰਦਾ, ਅਤੇ ਖਾਣਾ ਪੀਣਾ ਕਿਸ ਤਰੀਕੇ ਦਾ ਹੋਵੇ ਫਲੂ ਦੇ ਮਰੀਜ਼ ਦਾ? ਮੈਂ ਇਹ ਦੱਸਣਾ ਚਾਹੁੰਦਾ ਜਿਹੜਾ ਫਲੂ ਦੀ ਬਿਮਾਰੀ ਹੈ ਜੀ, ਜਿਹਨਾਂ ਦਾ ਇਮਿਊਨ ਸਿਸਟਮ ਵੀਕ ਹੈ ਉਹਨਾਂ ਨੂੰ ਜ਼ਿਆਦਾ ਇਫੈਕਟ ਕਰਦੀ ਹੈ, ਤਾਂ ਇਸ ਕਰਕੇ ਇਸ ਬਿਮਾਰੀ ਤੋਂ ਬਚਣ ਦੇ ਲਈ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ, ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਸਲਾਦ ਅਤੇ ਫਰੂਟ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ, ਅਤੇ ਪਾਣੀ ਸਾਨੂੰ ਫਾਲਤੂ ਪੀਣਾ ਚਾਹੀਦਾ, 2-4 ਗਲਾਸ ਪਾਣੀ ਦੇ ਫਾਲਤੂ ਪੀਣੇ ਚਾਹੀਦੇ ਆ। ਜੇ ਅਸੀਂ ਵਾਧੂ ਪਾਣੀ ਪੀਵਾਂਗੇ
ਸਾਡਾ ਰੈਸਪੀਰੇਟਰੀ ਪੈਸਿਸ ਬੈਟਰ ਰਹੇਗਾ, ਉਹਦਾ ਡਿਫੈਂਸ ਮੈਕਨਿਜ਼ਮ ਬੋਡੀ ਦਾ ਠੀਕ ਰਹੇਗਾ ਜੀ। ਅਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਖਾਣ ਪੀਣ ਦਾ ਧਿਆਨ ਬਹੁਤ ਰੱਖਣਾ, ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗੀ ਕਿ ਫਲੂ ਦੇ ਹਰ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਰੈਸਟ ਕਰਨਾ ਚਾਹੀਦਾ, ਘਰ ਦੇ ਅੰਦਰ ਰਹਿਣਾ ਚਾਹੀਦਾ, ਜੇ ਬੱਚੇ ਹੈਗੇ ਨੇ ਤਾਂ ਉਹਨਾਂ ਨੂੰ ਸਕੂਲ ਨਹੀਂ ਜਾਣਾ ਚਾਹੀਦਾ, ਕਿਉਂਕਿ ਜੇ ਆਪਾਂ ਬਾਹਰ ਨਿਕਲਾਂਗੇ ਤਾਂ ਹੋ ਸਕਦਾ ਆਪਾਂ ਇੱਕ ਬੰਦਾ ਅੱਗੇ ਪੰਜ ਬੰਦਿਆਂ ਨੂੰ ਇਹ ਬਿਮਾਰੀ ਫੈਲਾ ਦੇਈਏ, ਉਹ ਅੱਗੇ ਪੰਜ ਬੰਦਿਆਂ ਨੂੰ ਫੈਲਾਏਗਾ, ਅਤੇ ਇਸ ਤਰੀਕੇ ਨਾਲ ਅਸੀਂ ਇਸ ਬਿਮਾਰੀ 'ਤੇ ਕੰਟਰੋਲ ਕਰਨ ਤੋਂ ਬਜਾਏ ਇਸ ਬਿਮਾਰੀ ਨੂੰ ਹੋਰ ਵਧਾਵਾਂਗੇ। ਇਸ ਕਰਕੇ ਘਰ ਰਹਿ ਕੇ ਕੰਪਲੀਟ ਰੈਸਟ ਕਰੋ, ਖੂਬ ਸਾਰਾ ਪਾਣੀ ਪੀਓ, ਗਰਮ ਚੀਜ਼ਾਂ ਲਓ, ਖੂਬ ਪੌਸ਼ਟਿਕ ਭੋਜਨ ਲਓ, ਤਾਂ ਕਿ ਇਹ ਬਿਮਾਰੀ ਤੁਹਾਨੂੰ ਵੀ ਨਾ ਜਕੜ ਸਕੇ ਅਤੇ ਅੱਗੇ ਵੀ ਤੁਸੀਂ ਨਾ ਫੈਲਾ ਪਾਓ। ਡਾਕਟਰ ਸਾਹਿਬ, ਹਰ ਚੀਜ਼ ਦਾ ਕੋਈ ਨਾ ਕੋਈ ਪ੍ਰੀਕੋਸ਼ਨ ਹੁੰਦੀਆਂ ਨੇ, ਕੀ ਕਰਨਾ ਕੀ ਨਹੀਂ ਕਰਨਾ ਤੁਸੀਂ ਸਾਨੂੰ ਦੱਸਿਆ। ਡਾਕਟਰ ਸਾਹਿਬ, ਸਵਾਈਨ ਫਲੂ ਦਾ ਇੱਕ ਨਵਾਂ ਇੰਜੈਕਸ਼ਨ ਵੀ ਨਿਕਲਿਆ, ਵੈਕਸੀਨ ਵੀ ਨਿਕਲਿਆ, ਉਹਦੇ ਬਾਰੇ ਵੀ ਮਰੀਜ਼ ਅਕਸਰ ਸਾਨੂੰ ਫੋਨ ਕਰਕੇ ਔਰ ਹਸਪਤਾਲ ਆ ਕੇ ਪੁੱਛਦੇ। ਡਾਕਟਰ ਸਾਹਿਬ, ਉਹ ਕਿਸ ਤਰੀਕੇ ਦਾ ਵੈਕਸੀਨ ਹੈਗਾ ਜੀ? ਬਹੁਤ ਅੱਛਾ ਸਵਾਲ ਕੀਤਾ ਜੀ। ਇਹ ਜਿਹੜੀ ਵੈਕਸੀਨ ਹੈ ਇਹ ਸਵਾਈਨ ਫਲੂ ਦੀ ਪ੍ਰੀਵੈਂਸ਼ਨ ਵਾਸਤੇ ਇੰਜੈਕਸ਼ਨ ਹੈ। ਇਹਦੀ ਇੱਕ ਪ੍ਰਾਇਮਰੀ ਇਮਿਊਨਾਈਜੇਸ਼ਨ ਆਪਾਂ ਕਹਿੰਦੇ ਹਾਂ ਜੀ। ਇਹਦੇ ਦੋ ਟੀਕੇ ਆਪਾਂ ਇੱਕ ਮਹੀਨੇ ਦੇ ਗੈਪ 'ਤੇ ਲਗਾਉਂਦੇ ਹਾਂ। ਇਸ ਤੋਂ ਬਾਅਦ ਹਰ ਸਾਲ ਇੱਕ ਇੰਜੈਕਸ਼ਨ ਲਗਵਾਉਣਾ ਬਹੁਤ ਜ਼ਰੂਰੀ ਹੈ। ਅਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਇਹ ਜੇ ਇੰਜੈਕਸ਼ਨ ਲਗਵਾਉਣਾ ਹੈ ਤਾਂ ਇਹ ਪੀਕ ਆਫ ਵਿੰਟਰ ਸੀਜ਼ਨ ਤੋਂ ਪਹਿਲਾਂ ਹੀ, ਮੈਂ ਸੁਜੈਸਟ ਕਰੂੰਗਾ ਅਕਤੂਬਰ ਮਹੀਨੇ ਜਾਂ ਨਵੰਬਰ ਮਹੀਨੇ ਲੱਗ ਜਾਣਾ ਚਾਹੀਦਾ, ਕਿਉਂਕਿ ਇਹਦਾ ਇਫੈਕਟ ਆਉਂਦਿਆਂ ਵੀ 3 ਤੋਂ 4 ਹਫ਼ਤੇ ਲੱਗਦੇ ਨੇ। ਅਤੇ ਇਸ ਵੈਕਸੀਨ ਦੀ ਜਿਹੜੀ ਪ੍ਰੋਟੈਕਸ਼ਨ ਰੇਟ ਹੈ ਮੈਂ ਦੱਸ ਦੇਣਾ ਚਾਹੁੰਦਾ, 70 ਤੋਂ 80% ਹੈ ਜੀ। ਸੋ ਇਹ ਜੇ ਅਸੀਂ ਟੀਕਾ ਲਗਵਾ ਲਿਆ ਵੈਕਸੀਨ ਦਾ, ਇਹ ਆਪਾਂ ਇਹ ਨਾ ਸਮਝੀਏ, ਲਾਪਰਵਾਹ ਹੋ ਜਾਈਏ ਵੀ ਅਸੀਂ ਟੀਕਾ ਲਗਵਾ ਲਿਆ ਸਾਨੂੰ ਇਹ ਬਿਮਾਰੀ ਨਹੀਂ ਹੋ ਸਕਦੀ। ਸੋ ਕਿਉਂਕਿ ਇਹਦਾ ਪ੍ਰੋਟੈਕਸ਼ਨ ਰੇਟ ਜਿਹੜਾ ਉਹ 70 ਤੋਂ 80% ਹੈ ਜੀ। ਸੋ ਸਾਨੂੰ ਬਿਮਾਰੀ ਤੋਂ ਸੁਚੇਤ ਰਹਿਣਾ ਚਾਹੀਦਾ, ਸਾਨੂੰ ਸਾਰੀਆਂ ਪ੍ਰੀਕੋਸ਼ਨ ਲੈਣੀ ਚਾਹੀਦੀਆਂ ਜਿਹਦੇ ਨਾਲ ਅਸੀਂ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾ ਸਕੀਏ ਜੀ। ਸਰ, ਜਿੱਦਾਂ ਤੁਸੀਂ ਦੱਸਿਆ ਕਿ ਪਹਿਲੇ ਸਾਲ ਵਿੱਚ 6th ਅਤੇ 7th ਮਹੀਨੇ ਆਪਾਂ ਇੰਜੈਕਸ਼ਨ ਲਗਾਉਂਦੇ ਹਾਂ, ਫਿਰ ਹਰ ਸਾਲ ਇੱਕ ਸ਼ੋਟ ਲਗਾਈ ਜਾਂਦੀ, ਕਿੰਨੀ ਉਮਰ ਤੱਕ ਡਾਕਟਰ ਸਾਹਿਬ ਸ਼ੋਟ ਲਗਵਾਉਣਾ? ਇਹ ਸਾਰੀ ਉਮਰ ਹੀ ਲਗਾਉਣਾ ਪੈਂਦਾ ਜੀ, ਕਿਉਂਕਿ ਹਰ ਸਾਲ ਸਾਨੂੰ ਇੱਕ ਸ਼ੋਟ ਇਹਦਾ ਲਗਾਉਣਾ ਹੀ ਪੈਂਦਾ। ਕਿਉਂਕਿ ਅਕਸਰ ਦਰਸ਼ਕੋਂ ਅਸੀਂ ਦੇਖਿਆ ਕਿ ਪੇਰੈਂਟਸ ਮਾਂ ਪਿਓ ਸਾਡੇ ਕੋਲ ਆਉਂਦੇ ਨੇ ਆਪਣਾ ਨੰਨਾ ਜਵਾਕ ਲੈ ਕੇ, ਬੱਚਾ ਲੈ ਕੇ, ਉਹਨੂੰ ਤਾਂ ਇੰਜੈਕਸ਼ਨ ਬੜੀ ਖੁਸ਼ੀ ਨਾਲ ਲਗਾ ਦਿੰਦੇ, ਲੇਕਿਨ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਹਾਨੂੰ ਆਪ ਨੂੰ ਵੀ ਇੱਕ ਇੱਕ ਸ਼ੋਟ ਲਗਵਾਉਣਾ ਹੈ, ਤਾਂ ਉਸ ਤੋਂ ਬਾਅਦ ਉਹ ਨਹੀਂ ਪਹੁੰਚਦੇ। ਇਸ ਕਰਕੇ ਸਵਾਈਨ ਫਲੂ ਦੀ ਬਿਮਾਰੀ ਉਮਰ ਦੇਖ ਕੇ ਨਹੀਂ ਆਉਂਦੀ ਹੈ, ਹਰ ਇਨਸਾਨ ਨੂੰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿਸੇ ਵੀ ਉਮਰ ਦਾ ਉਹ ਹੈਗਾ, ਹਰ ਸਾਲ ਸਪਤੰਬਰ ਅਕਤੂਬਰ ਦੇ ਮਹੀਨੇ ਤੋਂ ਪਹਿਲਾਂ ਹੀ ਸਵਾਈਨ ਫਲੂ ਦਾ ਜਿਹੜਾ ਨਵਾਂ ਇੰਜੈਕਸ਼ਨ ਹਰ ਸੀਜ਼ਨ ਵਿੱਚ ਆਉਂਦਾ ਹੈ, ਉਹ ਇੱਕ ਸ਼ੋਟ ਲਗਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਲੇਕਿਨ ਖਾਸ ਕਰਕੇ ਛੋਟੇ ਬੱਚਿਆਂ ਨੂੰ ਅਤੇ 50 ਸਾਲ ਤੋਂ ਉੱਪਰ ਦੇ ਜਿਹੜੇ ਵੀ ਆਪਣੇ ਘਰ ਦੇ ਬਜ਼ੁਰਗ ਹੈਗੇ ਨੇ, ਉਹਨਾਂ ਨੂੰ ਤਾਂ ਜ਼ਰੂਰ ਜ਼ਰੂਰ ਆਪਣੇ ਡਾਕਟਰ ਨੂੰ ਮਿਲ ਕੇ ਇਹ ਟੀਕਾ ਜ਼ਰੂਰ ਲਗਵਾਓ। ਜਿੰਨਾ ਪ੍ਰੋਟੈਕਸ਼ਨ ਅਸੀਂ ਆਪਣੇ ਆਪ ਨੂੰ ਇਹਨਾਂ ਟੀਕਿਆਂ ਤੋਂ ਕਰਵਾ ਸਕਦੇ ਹਾਂ, ਉਹ ਜ਼ਰੂਰ ਜ਼ਰੂਰ ਕਰਵਾਉਣਾ ਚਾਹੀਦਾ। ਡਾਕਟਰ ਸਾਹਿਬ, ਸਵਾਈਨ ਫਲੂ ਬਾਰੇ ਜਿੱਦਾਂ ਆਪਾਂ ਇੰਨੀ ਡਿਟੇਲ 'ਚ ਪੁੱਛ ਰਹੇ ਹਾਂ, ਅਤੇ ਆਪਣੀ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਗਏ ਆ ਜੀ, ਮਤਲਬ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂ ਕੋਈ ਸਟੇਸ਼ਨ ਬਣਾਏ ਗਏ? ਅਕਸਰ ਮਰੀਜ਼ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਪਹੁੰਚਣਾ ਆ। ਸਰਕਾਰ ਦੀ ਸਵਾਈਨ ਫਲੂ ਦੇ ਨਾਲ ਜਿਹੜੀ ਲੜਾਈ ਹੈ ਜੀ, ਇਹਦੀ ਮੁਕੰਮਲ ਤਿਆਰੀ ਹੈ। ਅਸੀਂ ਆਪਣੇ ਕਮਿਊਨਿਟੀ ਹੈਲਥ ਸੈਂਟਰ ਲੈਵਲ 'ਤੇ ਸਵਾਈਨ ਫਲੂ ਕੋਰਨਰ ਬਣਾਏ ਨੇ, ਉੱਥੇ ਵੀ ਆਈਸੋਲੇਟ ਕਰਨ ਵਾਸਤੇ 2 ਜਾਂ 3 ਬੈੱਡ ਆਪਾਂ ਮੁਹੱਈਆ ਕਰਵਾਏ ਨੇ। ਇਸ ਤੋਂ ਇਲਾਵਾ ਸਬ ਡਿਵੀਜ਼ਨ ਹੋਸਪਿਟਲ ਵਿੱਚ ਸਵਾਈਨ ਫਲੂ ਕੋਰਨਰ ਨੇ, ਆਈਸੋਲੇਸ਼ਨ ਵਾਰਡਸ ਬਣਾਈਆਂ ਗਈਆਂ ਨੇ। ਜਿੱਥੋਂ ਤੱਕ ਸਾਡੇ ਸਿਵਲ ਹਸਪਤਾਲ ਜਲੰਧਰ ਦਾ ਸਵਾਲ ਹੈ, ਅਸੀਂ 25 ਬੈੱਡ ਅਜਿਹੇ ਮਰੀਜ਼ਾਂ ਵਾਸਤੇ ਵੱਖ ਰੱਖੇ ਨੇ। ਇਹਨਾਂ ਦੇ ਨਾਲ ਸਾਡੇ ਕੋਲ 2 ਵੈਂਟੀਲੇਟਰ ਵੀ ਨੇ। ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸਾਰੇ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਅਲਰਟ ਕਰ ਦਿੱਤਾ ਗਿਆ, ਇਹਨਾਂ ਨੂੰ ਸਵਾਈਨ ਫਲੂ ਨੂੰ ਨਜਿੱਠਣ ਦੇ ਲਈ ਪ੍ਰੋਪਰ ਗਾਈਡਲਾਈਨ ਦਿੱਤੀਆਂ ਗਈਆਂ ਨੇ। ਇਹਨਾਂ ਦੇ ਲੋਕਾਂ ਨੂੰ ICU ਮਟੀਰੀਅਲ ਡਿਸਪਲੇ ਕਰਨ ਵਾਸਤੇ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਅਸੀਂ ਪੋਸਟਰ ਵੀ ਪੋਸਟ ਕੀਤੇ ਆ ਪ੍ਰੋਮੀਨੈਂਟ ਪਲੇਸਿਸ ਦੇ ਉੱਤੇ, ਇਸ ਤੋਂ ਇਲਾਵਾ ਅਸੀਂ ਪੈਂਫਲੇਟ ਵੀ ਵੰਡੇ ਹੈ। ਅਤੇ ਇਹ ਜਿਹੜੀ ਬਿਮਾਰੀ ਨੂੰ ਨੇਪੜੇ ਚੜ੍ਹਾਉਣ ਦੇ ਲਈ ਜਾਂ ਇਹਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਮਰੀਜ਼ ਸਫਰਰ ਨੇ ਉਹਨਾਂ ਵਾਸਤੇ ਸਾਡੇ ਕੋਲ ਸਫੀਸ਼ੈਂਟ ਮੈਡੀਸਨ ਵੀ ਅਵੇਲੇਬਲ ਹੈ। ਡਾਕਟਰ ਸਾਹਿਬ, ਬਹੁਤ ਕੁਝ ਪੁੱਛਣਾ ਚਾਹੁੰਦੇ ਹਾਂ ਲੇਕਿਨ ਘੜੀ ਦੀ ਟਿਕ ਟਿਕ ਸਮਾਂ ਨਹੀਂ ਦੇ ਰਹੀ ਹੈ। ਤੁਸੀਂ ਆਪਣੇ ਬਿਜ਼ੀ ਸ਼ਡਿਊਲ ਤੋਂ ਕੱਟ ਕੇ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੈਡਮ, ਥੈਂਕ ਯੂ ਵੈਰੀ ਮਚ, ਅਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ। ਥੈਂਕ ਯੂ।